ਵੇਖਲਾ ਪੇਚਾ ਪੈ ਗਿਆ ਜੀ ਓਏ, ਉਹ ਕੱਟੀ ਨਾ ਜਾਵੇ। ਹਾਂਜੀ ਦੋਸਤੋ, ਅੰਮ੍ਰਿਤਸਰ ਮੈਂ ਪਤੰਗ ਬਾਜੂ ਕੋ ਕਿਆ ਬੋਲਦੇ ਮਾਲੂਮ, ਉਹ ਪੇਚਾ ਪੈ ਗਿਆ। ਔਰ ਜਬ ਪਤੰਗ ਕੱਟ ਜਾਤੀ ਹੈ ਨਾ, ਕਿਆ ਬੋਲਦੇ ਮਾਲੂਮ, ਆਈ ਬੋ ਅਭੀ ਲੋਹੜੀ ਕੋ 7 ਦਿਨ ਬਾਕੀ ਹੈ। ਚੱਲ ਚੱਲ ਚੱਲ, ਬਹੁਤ ਅੱਛੀ ਚੀਜ਼ ਹੈ ਪਤੰਗਬਾਜ਼ੀ, ਠੀਕ ਹੈ। ਤੋ ਆਪ ਇਸ ਪਤੰਗਬਾਜ਼ੀ ਮੈਂ ਕਦੇ ਵੀ ਚਾਈਨਾ ਡੋਰ ਕਾ ਇਸਤੇਮਾਲ ਮਤ ਕੀਜੀਏ। ਔਰ ਪਰੀ ਬੋਲਦੇ ਇਸਕੋ, ਠੀਕ ਹੈ ਜੀ। ਇਹ ਵੀ ਇੱਕ ਹੈ, ਦੇਖ ਸਕਦੇ ਆਪ। ਤੋ ਸਭ ਤੋਂ ਮੇਨ ਬਾਤ, ਇਸ ਲੋਹੜੀ ਮੇ ਹਮ ਯੂਜ਼ ਨਹੀਂ ਕਰੇਂਗੇ ਚਾਈਨਾ ਕੀ ਡੋਰ, ਠੀਕ ਹੈ ਜੀ। ਚਾਈਨਾ ਕੀ ਡੋਰ ਸੇ ਬਹੁਤ ਐਕਸੀਡੈਂਟ ਹੋਤੇ, ਜਬ ਤੱਕ ਐਕਸੀਡੈਂਟ ਹੋਏ ਹਮਾਰੇ ਪਾਸ ਇਹ ਪਤੰਗ ਹੈ, ਔਰ ਕੁਛ ਉੜ ਵੀ ਰਹੀ ਹੈ, ਔਰ ਦੇਖੀ ਆਪ ਪੇਚੇ ਵੀ ਪੜ ਰਹੇ ਹੈ, ਠੀਕ ਹੈ। ਤੋ ਮੈਂ ਆਪਕੋ ਬਤਾਨੇ ਵਾਲਾ, ਮੈਂ ਰਿਵਿਊ ਦੇਨੇ ਵਾਲਾ ਹੂੰ ਆਪਕੋ ਪਤੰਗ, ਔਰ ਇਹ ਮੋਨਾ ਸਿਲ ਕੇ ਚਾਈਨਾ, ਇਸਕੋ ਪੰਜਾਬ ਮੇਂ ਗੱਟੂ ਬੋਲਦੇ ਹੈ, ਠੀਕ ਹੈ। ਉਹ ਵੀ ਲੋਹੜੀ ਕੇ ਤਿਉਹਾਰ ਮੇਂ ਇਸਕੀ ਬਿਕਰੀ ਜ਼ਿਆਦਾ ਹੋ ਜਾਤੀ ਹੈ। ਤੋ ਵੈਸੇ ਪਾਬੰਦੀ ਹੈ ਪੰਜਾਬ ਮੇਂ ਪੂਰੇ ਇਸ ਗੱਟੂ ਕੀ ਪਾਬੰਦੀ, ਇਸ ਡੋਰ ਕੀ ਪਾਬੰਦੀ ਹੈ, ਇਸਕੀ ਬਹੁਤ ਪਾਬੰਦੀ ਹੈ। ਕਿਸੀ ਵੀ ਦੁਕਾਨਦਾਰ ਸੇ ਪਕੜੀ ਜਾਏਗੀ ਤੋ 2 ਸਾਲ ਕੀ ਕੈਦ ਔਰ 2 ਲੱਖ ਜੁਰਮਾਨਾ ਪੜ ਸਕਦਾ ਹੈ, ਠੀਕ ਹੈ। ਤੋ ਇਸੇ ਆਪ ਕੀਜੇ ਪਰਹੇਜ਼, ਕਿਉਂਕਿ ਇਸੇ ਬਹੁਤ ਬੜੇ ਬੜੇ ਐਕਸੀਡੈਂਟ ਹੋਤੇ ਹੈ। ਇਸ ਲਈ ਵੀ ਲੋਹੜੀ ਮੈਂ ਜਾਂ ਬਸੰਤ ਮੇਂ ਹਮਨੇ ਦੇਖਾ ਕਿ ਕਈ ਲੋਕੋ ਕੇ ਤਾਂ ਗਲੇ ਕੱਟ ਹੋ ਗਏ, ਨਸ ਕੱਟ ਹੋ ਗਈ, ਉਂਗਲੀ ਕੱਟ ਹੋ ਗਈ। ਆਪ ਪੰਛੀ ਦੇਖਦੇ, ਪੰਛੀ ਵੀ ਇਸੇ ਬਹੁਤ ਐਕਸੀਡੈਂਟ ਹੋਏ। ਆਪ ਇਸੇ ਕੀਜੇ ਪਰਹੇਜ਼, ਵੈਸੇ ਪੰਜਾਬ ਮੇਂ ਮਿਲ ਜਾਤਾ 350-400-500 ਮੇਂ ਮਿਲਤਾ, ਜਬ ਲੋਹੜੀ ਕਾ ਤਿਉਹਾਰ ਜਾਤਾ 600-700 ਮੇਂ ਵੀ ਬਿਕਤਾ ਹੈ। 2 ਨੰਬਰ ਮੇਂ ਬਹੁਤ ਬਿਕਤਾ, ਕਿਉਂਕਿ 1 ਨੰਬਰ ਮੇਂ ਆਪ ਮਿਲਤਾ ਹੀ ਨਹੀਂ ਹੈ। ਤੋ ਇਹ 2 ਨੰਬਰ ਮੇਂ, 2 ਨੰਬਰ ਕਾ ਕਹਿਣਾ ਮਤਲਬ ਕਿ 10 ਨੰਬਰ ਕਾ ਡੁਪਲੀਕੇਟ ਹੈ। ਡੁਪਲੀਕੇਟ ਮਤਲਬ ਚਾਈਨਾ ਕਾ ਥਾ ਪਹਿਲੇ ਮੋਨੋਫਿਲ ਆਤਾ। ਤੋ ਮੇਰੇ ਪਾਸ, ਆਪ ਸੋਚੋਗੇ ਕਿ ਮੇਰੇ ਪਾਸ ਕੈਸੇ ਪਹੁੰਚੇਗਾ, ਮੇਰੇ ਪਾਸ 4-5 ਸਾਲ ਹੋ ਗਏ ਮੇਰੇ ਪਾਸ ਪੜਾ ਹੋਇਆ ਥਾ। ਤੋ ਮੈਂ ਬਾਹਰ ਤਾਂ ਦੁਬਈ ਮੇਂ ਥਾ, ਤੋ ਮੈਨੇ ਅਭੀ ਮੈਂ ਆਇਆ ਛੁੱਟੀ ਤੋਂ, ਨਿਕਾਲਾ ਇਸਕੋ ਦੇਖਾ ਪੜਾ ਹੋਇਆ, ਤੋ ਸੋਚਿਆ ਚਲੋ ਪਤੰਗਬਾਜ਼ੀ ਕਰ ਲੈਤੇ ਥੋੜ੍ਹਾ, ਤੋ ਥੋੜ੍ਹਾ ਫਰੀ ਵੀ ਥਾ, ਤੋ ਪਤੰਗਬਾਜ਼ੀ ਕਰ ਰਹਾ ਹੂੰ। ਤੋ ਮੈਂ ਆਪ, ਮੇਰਾ ਰਿਵਿਊ ਦੇਣੇ ਕਾ ਮਕਸਦ ਇਹ ਹੈ ਕਿ ਇਸੇ ਆਪ ਬਚੀਏ, ਇਸ ਡੋਰ ਸੇ ਬਚੀਏ, ਠੀਕ ਹੈ। ਔਰ ਆਪਣੇ ਰਿਸ਼ਤੇਦਾਰੋਂ ਕੋ, ਆਪਣੇ ਦੋਸਤੋਂ ਕੋ, ਸਭੀ ਕੋ ਇਸ ਚਾਈਨਾ ਕੀ ਡੋਰ ਸੇ ਬਚਾਈਏ, ਇਸ ਮੋਨੋਫਿਲ ਸੇ ਬਚਾਈਏ, ਠੀਕ ਹੈ। ਵੈਸੇ ਮਜ਼ਾ ਪਤੰਗਬਾਜ਼ੀ ਕਾ ਇਸੇ ਹੈ, ਮਗਰ ਫਿਰ ਵੀ ਇਸੇ ਯੂਜ਼ ਮਤ ਕੀਜੀਏ।